ਕੀ ਸਮੱਸਿਆ ਕੀ ਆ ਜੀ? ਸਾਡਾ ਤਾਂ ਸੈਲਰੀ ਨਹੀਂ ਮਿਲੀ ਜੀ, ਅਜੇ 2 ਮਹੀਨੇ ਹੋ ਗਏ ਸੈਲਰੀ ਨੂੰ ਲਏ ਨੂੰ, ਉਹ ਨਾ ਹੁਣ ਦੇਣ ਦਾ ਕੋਈ ਕਹਿ ਰਹੇ ਨੇ, ਲਾਰੇ ਜੇ ਲਾਈ ਜਾਂਦੇ ਨੇ, ਕਹਿੰਦੇ ਕਿ ਅੱਜ ਦੇ ਦਾਂਗੇ ਕੱਲ੍ਹ ਦੇ ਦਾਂਗੇ, ਹੁਣ ਹਫ਼ਤਾ ਹੋ ਗਿਆ, ਕਹਿੰਦੇ ਸੀਗੇ ਬੁੱਧਵਾਰ ਨੂੰ ਦੇ ਦਾਂਗੇ, ਬੁੱਧਵਾਰ ਨੂੰ ਵੀ ਨਹੀਂ ਆਇਆ, ਸ਼ੁੱਕਰਵਾਰ ਗਈ, ਹੁਣ ਕਹਿੰਦੇ ਫਿਰ ਸੋਮਵਾਰ ਨੂੰ ਦੇਵਾਂਗੇ। ਫੈਕਟਰੀ ਚੱਲਦੀ ਹੈ ਕਿ ਬੰਦ ਹੋ ਗਈ? ਨਾ ਜੀ, ਇਹ ਤਾਂ ਬੰਦ ਹੋ ਗਈ, ਹੁਣ ਨਾ ਪਾਵਰ ਆ ਰਹੀ ਆ, ਕਲੋਨੀ ਵਾਲੇ ਬੰਦੇ 20-25 ਅੰਦਰ ਰਹਿੰਦੇ ਨੇ, ਉਹਨਾਂ ਨੂੰ ਨਾ ਪਾਵਰ ਆ ਨਾ ਖਾਣ ਨੂੰ, ਕੰਟੀਨ ਵਾਲੇ ਨੂੰ ਵੀ ਪੈਸੇ ਨਹੀਂ ਮਿਲੇ, ਹੁਣ ਬੰਦਾ ਕਰੂਗਾ ਕੀ ਜੀ? ਹੁਣ ਤੁਸੀਂ ਕਿੱਥੇ ਰਹਿੰਦੇ ਹੋ? ਅਸੀਂ ਤਾਂ ਕਲੋਨੀ 'ਚ ਰਹਿੰਦੇ ਜੀ। ਤੁਹਾਡਾ ਗੁਜ਼ਾਰਾ ਕਿੱਦਾਂ ਚੱਲਦਾ ਫਿਰ? ਕਿੱਥੇ ਚੱਲਦਾ ਜੀ, ਉਹ ਤਾਂ DG ਚੱਲਦੀ ਸੀ, ਉਹ 'ਚ ਵੀ ਪਾਵਰ ਖਤਮ ਹੋ ਗਿਆ, ਤੇਲ ਖਤਮ ਹੋ ਗਿਆ। ਅੱਛਾ, ਤਾਂ ਹੀ ਤਾਂ ਖੜੇ ਆ ਜੀ ਉਰੇ। ਰੋਟੀ ਪਾਣੀ ਕਿੱਥੋਂ ਮਿਲਦਾ ਫਿਰ ਹੁਣ? ਉਹ ਕਦੇ ਕਦੇ ਕੰਟੀਨ ਵਾਲਾ ਬੁਲਾ ਦਿੰਦਾ ਜੀ, ਤਾਂ ਠੀਕ ਆ, ਨਹੀਂ ਤਾਂ ਭੁੱਖੇ ਰਹਿੰਦੇ। ਤਨਖਾਹ ਕਿੰਨੀ ਰਹਿੰਦੀ ਤੁਹਾਡੀ? ਮੇਰੀ ਤਾਂ 35,000 ਰਹਿੰਦੀ ਜੀ। 35,000? ਕਿੰਨੇ ਮੁਲਾਜ਼ਮ ਅੰਦਰ ਕੰਮ ਕਰਦੇ ਆ? ਅੰਦਰ ਤਾਂ ਕਰਦੇ 100-150 ਹੈਗੇ ਜੀ। ਸਭ ਦੀ ਤਨਖਾਹ ਰਹਿੰਦੀ ਆ? ਸਾਰਿਆਂ ਦੀ ਰਹਿੰਦੀ ਆ ਜੀ। ਕੀ ਨਾਮ ਬੀਬੀ ਜੀ? ਸ਼ਰਮੀਲਾ ਦੇਵੀ। ਕਿਆ ਸਮੱਸਿਆ ਹੈ? ਸਭ ਲੋਕ ਕੰਮ ਕਰ ਰਹੇ ਹੈ, ਕੰਮ ਤਾਂ ਕਰੇ ਹੋਏ ਸਾਲ ਭਰ 'ਚ ਕਰ ਰਹੀ ਹੂੰ, ਉਸਕੇ ਬਾਅਦ ਆ 2 ਮਹੀਨੇ ਸੇ ਪੇਮੈਂਟ ਨਹੀਂ ਪਾ ਰਹੇ, ਤੇ ਉਸਕੇ ਬਾਅਦ ਬੋਲ ਰਹਾ ਕਿ ਸੋਮਵਾਰ ਦੇਂਗੇ, ਮੰਗਲਵਾਰ ਦੇਂਗੇ, ਬੁੱਧਵਾਰ ਦੇਂਗੇ, ਇਸੇ ਕਰਤੇ ਕਰਤੇ ਬੋਲਦਾ ਕੰਪਨੀ ਚਲਾਏਂਗੇ, ਉਸਕੇ ਬਾਅਦ ਇੱਕ ਕੰਪਨੀ ਬੰਦ ਕਰ ਦਿਆ, ਪੇਮੈਂਟ ਦੇਣਾ ਹੈਗਾ ਜੀ। ਆਪ ਕਹਾਂ ਰਹਤੇ ਹੋ? ਮੱਛੀਵਾਰੇ। ਮੱਛੀਵਾਰੇ, ਕੈਸੇ ਚਲਤਾ ਹੈ ਗੁਜ਼ਾਰਾ ਫਿਰ ਪੇਮੈਂਟ ਕੇ? ਗੁਜ਼ਾਰਾ ਕਿਆ ਕਰੇਂਗੇ, ਹਮ ਲੋਗ ਗਰੀਬ ਆਦਮੀ ਕਿਧਰ ਸੇ ਕਿਧਰ ਕਰ ਲੇਤੇ ਹੈ। ਅਬ ਕਹਤੇ ਕਿਆ ਹੈ ਆਪਕੋ ਪੇਮੈਂਟ ਕੀ? ਹਮ ਲੋਗ ਕੇ ਪੇਮੈਂਟ ਚਾਹੀਏ ਜੀ। ਕਹਤੇ ਕਿਆ ਹੈ ਜੀ? ਇਹ ਕਹਤੇ ਹੈ ਕਿ ਸੋਮਵਾਰ ਕੇ ਦੇਂਗੇ, ਕਿਤਨੇ ਸੋਮਵਾਰ ਬੋਲ ਦਿਆ ਦਿਆ ਨਹੀਂ। ਆਪਨੇ ਲੇਬਰ ਇੰਸਪੈਕਟਰ ਕੋ ਫੋਨ ਕੀਆ ਜੋ ਲੇਬਰ ਇੰਸਪੈਕਟਰ ਹੁੰਦਾ ਹੈ? ਨਹੀਂ ਜੀ, ਨਹੀਂ ਕੀਆ। ਦਰਸ਼ਕ ਨਾ ਹੋ ਜੀ ਮੇਰਾ। ਅੱਛਾ ਜੀ, ਉਜਾ ਕੰਪਨੀ ਕੰਮ ਕਰਦੇ ਆ ਜੀ। ਉਜਾ ਕਿੱਥੇ ਕਾ ਜੀ ਇਹ? ਉਜਾ ਪੱਟੀਆਂ ਚ। ਅੱਛਾ, ਕੀ ਪ੍ਰੋਬਲਮ, ਸਮੱਸਿਆ ਕੀ ਹੈ ਤੁਹਾਡੀ? ਸਾਡੀ ਪੇਮੈਂਟ ਨਹੀਂ ਪਾ ਰਹੇ, 2-3 ਮਹੀਨੇ ਪੇਮੈਂਟ ਸਾਡੀ ਖੜੀ ਆ ਜੀ, ਪੇਮੈਂਟ ਨਹੀਂ ਪਾ ਰਹੀ ਸਾਡੀ। ਕੀ ਕਾਹਦੀ ਪੇਮੈਂਟ ਹੈਗਾ ਜੀ ਤੁਹਾਡੀ? ਡਿਊਟੀ ਕਰ ਰਹੇ ਸੀ, ਨੈਟ ਡਿਊਟੀ ਕਰ ਰਹੇ ਆ ਸਾਡੀ, ਪੇਮੈਂਟ ਸਾਡੀ ਪਾ ਨਹੀਂ ਰਹੇ ਹੈਗੇ। ਅੰਦਰ ਤੁਸੀਂ ਮਜ਼ਦੂਰੀ ਕਰਦੇ ਹੋ ਅੰਦਰ? ਹਾਂਜੀ ਹਾਂਜੀ। ਕੀ ਕੰਮ ਕਰਦੇ ਹੋ ਅੰਦਰ? ਅਸੀਂ ਮਸ਼ੀਨਾਂ ਚਲਾ ਰਹੇ ਆ ਜੀ। ਮਸ਼ੀਨਾਂ ਚਲਾ ਰਹੇ? ਕਾਹਦੀ ਮਸ਼ੀਨਾਂ ਚੱਲਦੀਆਂ ਅੰਦਰ? ਕਾਰਟਿੰਗ ਚਲਾ ਰਹੇ ਹੈਗੇ। ਕਾਰਟਿੰਗ ਦੀ? ਹਾਂਜੀ। ਕੀ ਕਹਿੰਦੇ ਕੀ ਹੁਣ ਤਨਖਾਹ? ਸਾਡੀ ਪੇਮੈਂਟ ਪਾ ਨਹੀਂ, 2 ਮਹੀਨੇ ਹੋ ਗਏ ਸਾਨੂੰ, ਸਾਡਾ ਮਕਾਨ ਕਿਰਾਇਆ ਮੰਗ ਰਿਹਾ ਹੈ, ਸਾਨੂੰ ਕਿਰਾਇਆ ਸਾਡਾ ਪੇਮੈਂਟ ਸਾਡੀ ਪਾ ਨਹੀਂ ਰਿਹਾ, 2 ਮਹੀਨੇ ਹੋ ਗਏ ਸਾਨੂੰ ਧੱਕੇ ਖਾਂਦੇ। ਕਿੰਨੀ ਪੇਮੈਂਟ ਹੈ ਤੁਹਾਡੀ ਜੀ? ਸਾਡੇ ਹੈਗੇ 9-10,000 ਪੇਮੈਂਟ ਸਾਡੀ ਬਣੀ ਹੋਈ ਹੈ ਜੀ। ਇੱਕ ਮਹੀਨੇ ਦੀ ਜੀ? ਕੀ ਕਹਿੰਦੇ ਕੀ ਕਾਰਨ ਕੀ ਆ? ਮੈਂ ਫੋਨ ਚੱਕਦੇ ਨਹੀਂ ਹੈਗੇ ਸਾਡੇ, ਕਦੇ ਪਹਿਲਾਂ ਸੋਮਵਾਰ ਮੰਗਲ ਰੱਖਿਆ ਇਹਨੂੰ, ਹੁਣ ਮੁੜ ਕੇ ਨਾ ਸਾਡਾ ਫੋਨ ਚੱਕਦੇ ਨਾ ਜੀ ਬਸ। ਤੇ ਫੈਕਟਰੀ ਚੱਲਦੀ ਹੈ ਕਿ ਬੰਦ ਹੋ ਗਈ? ਬੰਦ ਕਰੀ ਵੈ ਜੀ, ਫੈਕਟਰੀ ਬੰਦ ਕਰੀ। ਹਾਂਜੀ, ਕੀ ਕਾਰਨ ਫੈਕਟਰੀ ਬੰਦ ਕਿਉਂ ਹੋ ਗਈ? ਕੋਈ ਪਤਾ ਨਹੀਂ ਹਲੇ, ਕਿਆ ਦੱਸਦੇ ਕੁਝ ਨਹੀਂ ਹੈਗਾ ਸਾਨੂੰ। ਠੀਕ ਹੈ। ਸਾਰਿਆਂ ਦੀ ਬਾਊ ਜੀ ਦੇ ਨਾਲ ਗੱਲ ਹੋਈ ਸੀ, ਉਹ ਕਹਿੰਦੇ ਵੀ ਸੋਮਵਾਰ ਮੰਗਲਵਾਰ ਸਾਰਿਆਂ ਦੀ ਤਨਖਾਹ ਪੈ ਜਾਊਗੀ। ਮੰਦਾ ਚੱਲ ਰਿਹਾ ਜੀ, ਉਹਦੇ ਕਰਕੇ ਆ। ਕਿੰਨੇ ਮੁਲਾਜ਼ਮ ਕੰਮ ਕਰਦੇ ਅੰਦਰ? ਇਹ ਤਾਂ ਨਹੀਂ ਕੋਈ ਅੰਦਾਜ਼ਾ, 100 ਕਦੇ ਕਰੀਬ ਮੁਲਾਜ਼ਮ ਹੋਏਗਾ ਜੇ ਅੰਦਰ ਮੁਲਾਜ਼ਮ ਜਿਹੜੇ ਹੈਗੇ ਕਲੋਨੀਆਂ 'ਚ, ਉਹਨਾਂ ਦੀ ਬਿਜਲੀ ਪਾਣੀ ਵੀ ਹੈ ਨਹੀਂ ਗਾ, ਦਿੱਕਤ ਹੈ ਕੋਈ ਅੰਦਰ? ਕੀ ਤਾਂ ਜੀ ਅੰਦਰ ਜਿਹੜੇ ਕਲੋਨੀ ਵਾਲੇ ਤੇ ਕਲੋਨੀ ਵਾਲੇ ਹੈਗਾ ਥੋੜੇ ਜਿਹੇ ਬੰਦੇ ਆ, ਉਹਨਾਂ ਕੋਲ ਬਿਜਲੀ ਪਾਣੀ ਹੈ ਨਹੀਂ ਅੰਦਰ? ਹਲੇ ਨਹੀਂ ਜੀ, ਹਲੇ ਨਹੀਂ। ਬਿਜਲੀ ਪਾਣੀ ਬਿਨਾਂ ਬੈਠੇ ਵਿਚਾਰੇ? ਨਹੀਂ, ਪਾਣੀ ਦਾ ਉਹਦਾ ਇੰਤਜ਼ਾਮ ਹੁੰਦਾ, DG ਚਲਾਉਂਦੇ ਹਾਂ ਅਸੀਂ। ਅੱਛਾ। ਹਾਂ, 2 ਟਾਈਮ DG ਚੱਲਦਾ, ਸਵੇਰੇ ਚੱਲਦਾ, ਸ਼ਾਮ ਨੂੰ ਚੱਲਦਾ। ਬਿਜਲੀ? ਬਿਜਲੀ ਦੀ ਲਾਈਟ ਦਾ ਨਹੀਂ। ਅੱਛਾ, ਰੋਟੀ ਪਾਣੀ ਦਾ ਫਿਰ ਉਹਨੂੰ ਕਿੱਥੋਂ ਦੇ ਰਿਹਾ? ਰੋਟੀ ਪਾਣੀ ਤਾਂ ਕੰਟੀਨ ਚੱਲਦੀ ਹੈ। ਕੰਟੀਨ ਚੱਲਦੀ ਜੀ। ਕਦ ਤੱਕ ਸ਼ੁਰੂ ਹੁੰਦੀ ਸੁਭਾਅ ਵਾਲੀ ਫੈਕਟਰੀ? ਇਹ ਜੀ ਆ ਬਸ ਮੰਡੇ ਤੋਂ ਮੰਡੇ ਤੋਂ ਤਨਖਾਹ ਮਿਲ ਜੂਗੀ ਮੰਡੇ ਤੋਂ ਜੀ? ਹਾਂ ਜੀ, ਸੋਮਵਾਰ ਮੰਗਲਵਾਰ ਬਾਬੂ ਜੀ ਨਾਲ ਗੱਲ ਹੋਈ ਆ ਵੀ ਹਾਂ ਤਨਖਾਹ ਮਿਲ ਜਾਏਗੀ।